Good morning, students. Today I continue chapter number 2 of class 10th. Name of the chapter is acids, bases and salts. Students, last lectures de vich assi acids and bases unna di properties, examples and reactions discuss kitiyan si. Okay students, ajj de lecture de vich assi salts de regarding discuss karange. Start karde han. Next topic hai common salt, a raw material for chemicals. Students, common salt thonu saryan nu pata common salt ki hunda, jo apa gharan de vich normal use karde han oh common salt hunda. Students, common salt jo hai sea water to obtained kita janda by the process of evaporation, but jo common salt hai ede bahut sare uses ne. Students, enu different kinds of materials prepare karan layi use kita janda, like sodium hydroxide, baking soda, washing soda, bleaching powder and many more. Okay students, right hand side picture hai salt di, dekh sakde ho tusi. So start karde hain students. First material hai students sodium hydroxide. Sodium hydroxide ki hunda students, jado electricity pass hundi hai through brine solution. Brine solution da meaning hai sodium chloride solution, NaCl solution. ਤਾਂ ਇਹਦੇ ਵਿੱਚ ਸੋਡੀਅਮ ਕਲੋਰਾਈਡ ਜੋ ਹੈ ਸੋਡੀਅਮ ਹਾਈਡਰੋਕਸਾਈਡ ਦੇ ਵਿੱਚ ਡੀਕੰਪੋਜ਼ ਹੋ ਜਾਂਦਾ. ਓਕੇ ਸਟੂਡੈਂਟਸ, ਸੋਡੀਅਮ ਹਾਈਡਰੋਕਸਾਈਡ ਦੇ ਨਾਲ ਕਲੋਰੀਨ ਐਂਡ ਹਾਈਡਰੋਜਨ ਗੈਸ ਵੀ ਰਿਲੀਜ਼ ਹੁੰਦੀ ਹੈ. ਇਸ ਪ੍ਰੋਸੈਸ ਨੂੰ ਕਲੋਰ ਐਲਕਲਾਈ ਪ੍ਰੋਸੈਸ ਕਿਹਾ ਜਾਂਦਾ. ਓਕੇ ਸਟੂਡੈਂਟਸ, ਰਿਐਕਸ਼ਨ ਦੇਖੋ. 2NaCl ਸੋਡੀਅਮ ਕਲੋਰਾਈਡ ਹੈ ਪਲੱਸ 2H2O ਵਾਟਰ ਹੈ. ਇਲੈਕਟ੍ਰਿਸਿਟੀ ਪਾਸ ਹੋਈ, ਸੋਡੀਅਮ ਕਲੋਰਾਈਡ ਡੀਕੰਪੋਜ਼ ਹੋ ਗਿਆ 2NaOH ਸੋਡੀਅਮ ਹਾਈਡਰੋਕਸਾਈਡ ਦੇ ਵਿੱਚ ਪਲੱਸ ਕਲੋਰੀਨ ਐਂਡ ਹਾਈਡਰੋਜਨ ਗੈਸ ਇਵੋਲਵ ਹੋਈ. ਓਕੇ ਸਟੂਡੈਂਟਸ, ਇਹਦੇ ਵਿੱਚ ਜੋ ਕਲੋਰੀਨ ਗੈਸ ਇਵੋਲਵ ਹੁੰਦੀ ਹੈ ਉਹ ਐਨੋਡ ਵਾਲੀ ਸਾਈਡ ਹੁੰਦੀ ਹੈ, ਹਾਈਡਰੋਜਨ ਗੈਸ ਕੈਥੋਡ ਵਾਲੀ ਸਾਈਡ ਹੁੰਦੀ ਹੈ, ਐਂਡ ਸੋਡੀਅਮ ਹਾਈਡਰੋਕਸਾਈਡ ਕੈਥੋਡ ਦੇ ਨੀਅਰ ਹੁੰਦਾ. ਓਕੇ ਸਟੂਡੈਂਟਸ, ਰਾਈਟ ਹੈਂਡ ਸਾਈਡ ਸੋਡੀਅਮ ਹਾਈਡਰੋਕਸਾਈਡ ਦੀ ਪਿਕਚਰ ਦਿੱਤੀ ਹੋਈ ਹੈ. ਯੂਜਿਸ ਆਫ ਪ੍ਰੋਡਕਟਸ ਪ੍ਰੋਡਿਊਸਡ ਬਾਏ ਕਲੋਰ ਐਲਕਲਾਈ. ਸਟੂਡੈਂਟਸ, ਕਲੋਰ ਐਲਕਲਾਈ ਦੇ ਪ੍ਰੋਸੈਸ ਦੇ ਵਿੱਚ ਜੋ ਪ੍ਰੋਡਕਟਸ ਪ੍ਰੋਡਿਊਸ ਹੁੰਦੇ ਨੇ ਉਹਨਾਂ ਦੀਆਂ ਯੂਜਿਸ ਕੀ ਨੇ? ਓਕੇ, 3 ਪ੍ਰੋਡਕਟਸ ਸੀ H2Cl2NaOH. ਜੋ H2 ਹੈ ਹਾਈਡਰੋਜਨ ਗੈਸ ਹੈ ਸਟੂਡੈਂਟਸ, ਉਹ ਫਿਊਲ ਦੇ ਵਿੱਚ ਫਰਟੀਲਾਈਜ਼ਰਸ ਦੇ ਵਿੱਚ ਯੂਜ਼ ਹੁੰਦਾ. ਜੋ Cl2 ਕਲੋਰੀਨ ਗੈਸ ਹੈ ਉਹ ਵਾਟਰ ਟ੍ਰੀਟਮੈਂਟ, ਸਵੀਮਿੰਗ ਪੂਲਸ, PVC, ਡਿਸਇਨਫੈਕਟੈਂਟ, CFCs, ਪੈਸਟੀਸਾਈਡਸ ਦੇ ਵਿੱਚ ਯੂਜ਼ ਹੁੰਦਾ. ਐਂਡ NaOH ਸੋਡੀਅਮ ਹਾਈਡਰੋਕਸਾਈਡ ਜੋ ਹੈ ਡੀਗਰੀਸਿੰਗ ਆਫ ਮੈਟਲਸ ਦੇ ਵਿੱਚ, ਸੋਪਸ, ਡਿਟਰਜੈਂਟਸ, ਪੇਪਰ ਬਣਾਉਣ ਲਈ, ਆਰਟੀਫਿਸ਼ੀਅਲ ਫਾਈਬਰਸ ਬਣਾਉਣ ਲਈ ਯੂਜ਼ ਹੁੰਦਾ. ਓਕੇ ਸਟੂਡੈਂਟਸ, ਅਗਰ H2 ਔਰ Cl2 ਦੀ ਰਿਐਕਸ਼ਨ ਹੁੰਦੀ ਹੈ ਤਾਂ ਇਹਦੇ ਤੋਂ ਹਾਈਡਰੋਕਲੋਰਿਕ ਐਸਿਡ ਫੋਰਮ ਹੁੰਦਾ HCl, ਜਿਹਦਾ ਯੂਜ਼ ਹੈ ਕਲੀਨਿੰਗ ਸਟੀਲ, ਅਮੋਨੀਅਮ ਕਲੋਰਾਈਡ, ਮੈਡੀਸਿਨਸ ਐਂਡ ਕੋਸਮੈਟਿਕਸ ਬਣਾਉਣ ਲਈ. ਓਕੇ ਸਟੂਡੈਂਟਸ, ਇਹਨੂੰ ਯੂਜ਼ ਕੀਤਾ ਜਾਂਦਾ. ਐਂਡ ਅਗਰ NaOH ਐਂਡ Cl2 ਦਾ ਰਿਐਕਸ਼ਨ ਕਰਵਾਉਂਦੇ ਹਾਂ ਤਾਂ ਬਲੀਚ ਫਾਰਮ ਹੁੰਦੀ ਹੈ. ਬਲੀਚ ਜੋ ਹੈ ਉਹ ਹਾਊਸਹੋਲਡ ਬਲੀਚ ਬਣਾਉਣ ਲਈ ਯੂਜ਼ ਕੀਤੀ ਜਾਂਦੀ ਹੈ, ਐਂਡ ਬਲੀਚਿੰਗ ਫੈਬਰਿਕ ਬਣਾਉਣ ਲਈ ਯੂਜ਼ ਕੀਤੀ ਜਾਂਦੀ ਹੈ. ਓਕੇ ਸਟੂਡੈਂਟਸ, ਨੈਕਸਟ ਹੈ ਬਲੀਚਿੰਗ ਪਾਊਡਰ. ਬਲੀਚਿੰਗ ਪਾਊਡਰ ਦਾ ਕੈਮੀਕਲ ਨੇਮ ਹੈ ਸਟੂਡੈਂਟਸ ਕੈਲਸ਼ੀਅਮ ਆਕਸੀਕਲੋਰਾਈਡ. ਕੈਲਸ਼ੀਅਮ ਆਕਸੀਕਲੋਰਾਈਡ ਦਾ ਫਾਰਮੂਲਾ ਹੈ CaOCl2. ਓਕੇ ਸਟੂਡੈਂਟਸ, ਬਲੀਚਿੰਗ ਪਾਊਡਰ ਕਿੱਦਾਂ ਓਬਟੇਨਡ ਹੁੰਦਾ ਸਟੂਡੈਂਟਸ? ਵੈਨ ਕਲੋਰੀਨ ਗੈਸ ਸਪ੍ਰਿੰਕਲਸ ਔਨ ਸਲੇਕਡ ਲਾਈਮ. ਸਲੇਕਡ ਲਾਈਮ ਦਾ ਫਾਰਮੂਲਾ ਹੈ CaOH2. ਜਦੋਂ ਇਹਦੇ ਉੱਪਰ ਕਲੋਰੀਨ ਗੈਸ ਸਪ੍ਰਿੰਕਲ ਕੀਤੀ ਜਾਂਦੀ ਹੈ ਫਿਰ ਕੀ ਫਾਰਮ ਹੁੰਦਾ ਸਟੂਡੈਂਟਸ? ਬਲੀਚਿੰਗ ਪਾਊਡਰ. ਰਿਐਕਸ਼ਨ ਦੇਖੋ ਸਟੂਡੈਂਟਸ, CaOH2 ਹੈ, ਇਹ ਕੀ ਹੈ ਸਲੇਕਡ ਲਾਈਮ ਹੈ. ਓਕੇ, ਪਲੱਸ Cl2 ਕਲੋਰੀਨ ਗੈਸ ਹੈ ਜੋ ਇਹਦੇ ਉੱਪਰ ਸਪ੍ਰਿੰਕਲ ਕੀਤੀ, ਕੀ ਫਾਰਮ ਹੋਇਆ? CaOCl2 ਕੈਲਸ਼ੀਅਮ ਆਕਸੀਕਲੋਰਾਈਡ ਪਲੱਸ ਵਾਟਰ. ਓਕੇ ਸਟੂਡੈਂਟਸ, ਕੈਲਸ਼ੀਅਮ ਆਕਸੀਕਲੋਰਾਈਡ ਮੀਨਸ ਬਲੀਚਿੰਗ ਪਾਊਡਰ. ਰਾਈਟ ਹੈਂਡ ਸਾਈਡ ਬਲੀਚਿੰਗ ਪਾਊਡਰ ਦੀ ਪਿਕਚਰ ਦਿੱਤੀ ਹੋਈ ਹੈ. ਓਕੇ ਸਟੂਡੈਂਟਸ, ਨਾਓ ਯੂਜਿਸ ਆਫ ਬਲੀਚਿੰਗ ਪਾਊਡਰ. ਹਾਂਜੀ ਸਟੂਡੈਂਟਸ, ਬਲੀਚਿੰਗ ਪਾਊਡਰ ਦੇ ਯੂਜਿਸ ਕੀ ਨੇ? ਬਲੀਚਿੰਗ ਪਾਊਡਰ ਨੂੰ ਟੈਕਸਟਾਈਲ ਇੰਡਸਟਰੀ ਦੇ ਵਿੱਚ ਯੂਜ਼ ਕੀਤਾ ਜਾਂਦਾ ਕੋਟਨ ਐਂਡ ਲਿਲਨ ਨੂੰ ਬਲੀਚ ਕਰਨ ਲਈ. ਪੇਪਰ ਫੈਕਟਰੀ ਦੇ ਵਿੱਚ ਵੀ ਬਲੀਚਿੰਗ ਪਾਊਡਰ ਯੂਜ਼ ਕੀਤਾ ਜਾਂਦਾ ਵੁੱਡ ਪਲਪ ਨੂੰ ਬਲੀਚ ਕਰਨ ਲਈ. ਐਂਡ ਲਾਂਡਰੀ ਦੇ ਵਿੱਚ ਜੋ ਵਾਸ਼ਡ ਕਲੋਥ ਨੇ ਉਹਨਾਂ ਨੂੰ ਬਲੀਚ ਕਰਨ ਲਈ ਵੀ ਬਲੀਚਿੰਗ ਪਾਊਡਰ ਯੂਜ਼ ਕੀਤਾ ਜਾਂਦਾ. ਓਕੇ ਸਟੂਡੈਂਟਸ, ਬਲੀਚਿੰਗ ਪਾਊਡਰ ਨੂੰ ਐਜ਼ ਐਨ ਆਕਸੀਡਾਈਜ਼ਿੰਗ ਏਜੰਟ ਵੀ ਯੂਜ਼ ਕੀਤਾ ਜਾਂਦਾ. ਓਕੇ ਸਟੂਡੈਂਟਸ, ਐਂਡ ਬਲੀਚਿੰਗ ਪਾਊਡਰ ਦਾ ਹੋਰ ਯੂਜ਼ ਹੈ ਕਿ ਵਾਟਰ ਨੂੰ, ਡਰਿੰਕਿੰਗ ਵਾਟਰ ਨੂੰ ਡਿਸਇਨਫੈਕਟ ਕਰਨ ਲਈ ਵੀ ਬਲੀਚਿੰਗ ਪਾਊਡਰ ਬਹੁਤ ਜ਼ਿਆਦਾ ਯੂਜ਼ਫੁਲ ਹੁੰਦਾ, ਜਿਹਦੇ ਨਾਲ ਜੋ ਵਾਟਰ ਹੈ ਫ੍ਰੀ ਫਰੋਮ ਜਰਮਸ ਹੋ ਜਾਂਦਾ. ਓਕੇ ਸਟੂਡੈਂਟਸ, ਰਾਈਟ ਹੈਂਡ ਸਾਈਡ ਪਿਕਚਰ, ਉੱਪਰ ਹੈ ਟੈਕਸਟਾਈਲ ਇੰਡਸਟਰੀ, ਨੀਚੇ ਹੈ
clean drinking water. Okay, students. Next hai baking soda. Baking soda da chemical name hai students sodium hydrogen carbonate jida formula hai NaHCO3. It is commonly used in kitchen to make tasty crispy pakoras. Okay students, tasty crispy pakore appa kitchen de vich banane aa ode vich baking soda use hunda aa. It is produced using sodium chloride as a raw material. Jo baking soda hai students, oh sodium chloride to produce kita janda. Reaction dekho, NaCl sodium chloride plus H2O water plus CO2 carbon dioxide plus NH3 ammonium. Okay students, reaction hoi, key product form hoya NH4Cl ammonium chloride plus NaHCO3 sodium hydrogen carbonate. Jinu appa kehne baking soda. Okay students, when baking soda is heated during cooking, jadon appa cooking karde haan ta baking soda heat hunda. Heat hon de naal e key form karda ya NaHCO3. Reaction dekho niche, inu heat karde haan ta key form hoga Na2CO3 sodium carbonate form ho plus water plus carbon dioxide. Okay students, right hand side baking soda di picture ditti hoi hai. Next hai uses of baking soda. Baking soda diyan ki uses ne students, it is used for making baking powder. Baking powder banon layi baking soda nu use kita janda. Agar baking soda nu kise vi edible acid de vich mix kar ditta jave ta ode to ek acid form hunda tartaric acid. Baking soda is used as antacid. Students, jo baking soda hai bahut vadiya antacid hai jo ki stomach de vich jo excess acid hai ohnu neutralize kar dinda aur appa nu relief dinda. Okay students, aur jo CO2 produce hundi hai is reaction de vich students, ohnu bread aur cake jo hai oh banon layi use kita janda. CO2 karke hi jo bread cake hai oh soft and spongy hunda. Okay students, right hand side upar bread hai jo ki soft and spongy hai. और नीचे वाली पिक्चर दे विच ये दिखाया गया कि जो बेकिंग सोडा है वो एज एन एंट एसिड यूज किया जाता ताकि अपने स्टमक दे विच एक्सेस एसिड न्यूट्रलाइज होके अपन रिलीफ मिले. ओके स्टूडेंट्स, नेक्स्ट है वॉशिंग सोडा. केमिकल नेम जो वॉशिंग सोडा का है स्टूडेंट्स वो सोडियम कार्बोनेट है. ओके स्टूडेंट्स, रीक्रिस्टलाइजेशन ऑफ सोडियम कार्बोनेट गिव्स वॉशिंग सोडा. जो सोडियम कार्बोनेट की रीक्रिस्टलाइजेशन होंगी है उदो सानू की मिलता वॉशिंग सोडा मिलता. ए बेसिक सॉल्ट है स्टूडेंट्स. रिएक्शन देखो, NaCO3 सोडियम कार्बोनेट प्लस 10H2O वाटर है. यदि रीक्रिस्टलाइजेशन हुई की फॉर्म होया Na2CO3 10H2O. ठीक है, जो कि है वॉशिंग सोडा है. ठीक है स्टूडेंट्स, राइट हैंड साइड पिक्चर दे विच वॉशिंग सोडा तुसी देख सकते हो. यूजेस की ने वॉशिंग सोडा दे स्टूडेंट्स, इनू ग्लास सोप एंड पेपर इंडस्ट्री दे विच यूज किया जाता है. इनू सोडियम कंपाउंड बनाने यूज किया जाता वॉशिंग सोडा ने स्टूडेंट्स. सोडियम कंपाउंड लाइक बोरैक्स, बोरैक्स एक क्लीनजिंग एजेंट है. ओके स्टूडेंट्स, और वॉशिंग सोडा नू भी घरेलू कामों के एज ए क्लीनिंग एजेंट यूज किया जाता है. ओके स्टूडेंट्स, लाइक जिमें आप डिटर्जेंट वगैरह यूज करते हैं वॉशिंग सोडा तो ही बने होंगे ने, वॉशिंग सोडा ही होंगे वह. ओके स्टूडेंट्स, इट इज़ यूज फॉर रिमूविंग परमानेंट हार्डनैस ऑफ वाटर. जो वॉशिंग सोडा होंगे स्टूडेंट्स वो वाटर की परमानेंट हार्डनैस न रिमूव कर दिता. आप जो घर क्लोथ्स वॉश करते हैं स्टूडेंट्स तो वाटर के डिटर्जेंट ऐड करते हैं तो उस तो बाद जो क्लोथ्स ने ईजीली क्लीन हो जाते हैं, जो भी उन्होंने स्पॉट्स होंगे ने वो भी क्लीन हो जाते हैं. क्यों हो जाते हैं स्टूडेंट्स? क्योंकि वॉशिंग सोडा जो होंगे वह वाटर की हार्डनैस न रिमूव कर एलिजिबल होंगे. ओके स्टूडेंट्स, सो विद दिस मोस्ट ऑफ द चैप्टर जो है स्टूडेंट्स वो डिस्कस हो चुके. अपना एक टॉपिक रह गया, नैक्सट लैक्चर के डिस्कस करा. ओके स्टूडेंट्स, जिन्हें इतने अज आप मटीरियल जो ने डिस्कस किए ने उन्होंने यूजिस जो ने डिस्कस किए ने, ध्यान अपनी साइंस की बुक तो वो सारा रीड करना और लर्न भी करना. ओके स्टूडेंट्स.